ਰਾਮਾ ਮੰਡੀ ਦੇ ਨੇੜਲੇ ਪਿੰਡਾਂ ਦੇ ਖਰੀਦ ਕੇਂਦਰਾਂ ਵਿੱਚ ਕਣਕ ਦੀ ਲਿਫਟਿੰਗ ਨਾ ਹੋਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਅੱਧੀ ਦੇ ਖਰੀਦ ਕੇਂਦਰਾਂ ਵਿੱਚ ਜਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਰਾਜਨੀਤੀ ਦਬਾਅ ਹੇਠ ਕਣਕ ਦੀ ਲਿਫਟਿੰਗ ਬੰਦ ਕਰ ਦਿੱਤੀ ਗਈ ਹੈ, ਜਦੋਂ ਕਿ ਹਾਈ ਕੋਰਟ ਦੇ ਹੁਕਮ ਅਨੁਸਾਰ ਖਰੀਦ ਕੇਂਦਰ ਦੇ ਜੋ ਨੇੜੇ ਗੋਦਾਮ ਹੈ ਉਸ ਵਿੱਚ ਹੀ ਕਣਕ ਲਗਾਈ ਜਾਵੇ, ਪਰੰਤੂ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀਆਂ ਵਿੱਚ ਕਣਕ ਦੇ ਗੱਟਿਆਂ ਦੇ ਅੰਬਾਰ ਲੱਗੇ ਪਏ ਹਨ ਅਤੇ ਕਣਕ ਲੈ ਕੇ ਆਏ ਕਿਸਾਨ ਆਪਣੇ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਲੈ ਕੇ ਅਨਾਜ ਮੰਡੀਆਂ ਵਿੱਚ ਰੁਲ ਰਹੇ ਹਨ। ਲਿਫਟਿੰਗ ਆ ਉਹ ਬਿਲਕੁਲ ਬੰਦ ਪਈ ਆ, ਜਿਹੜੀ ਪਣਕ ਏਜੰਸੀ ਹੈ ਉਹ ਬਿਲਕੁਲ ਲਿਫਟ ਉਹਨਾਂ ਦੀ ਬੰਦ ਪਈ ਆ। ਇੱਥੇ ਕੋਈ ਸ਼ੈਲਰ ਬਣ ਰਿਹਾ, ਸੌਰੀ ਆਪਣੇ ਗੋਦਾਮ ਬਣ ਰਿਹਾ, ਉਹਦੇ ਵਿੱਚ ਕਹਿੰਦੇ ਲਾਉਣੀ ਆ, ਉਹ ਹਜੇ ਬਣਿਆ ਹੈ ਨਹੀਂ, ਉਹ ਪਹਿਲਾਂ ਹੀ ਰੋਕ ਰੱਖੀ ਆ, ਉਹਦੇ ਕਰਕੇ ਸਾਰੀਆਂ ਮੰਡੀਆਂ ਭਰੀਆਂ ਰੋਕ ਰੱਖੀ ਆ। ਜੇ ਪ੍ਰਬੰਧ ਕਰਨਾ ਸੀ ਤਾਂ ਪਹਿਲਾਂ ਕਰਨਾ ਸੀ, ਹੁਣ ਆੜ੍ਹਤੀ ਨੇ ਕਿਸਾਨ ਦੋਨੇ ਪਰੇਸ਼ਾਨ ਹੋ ਜਾਂਦੇ ਆ, ਜਿਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਲਿਫਟਿੰਗ ਕਰਾਈ ਜਾਵੇ, ਇਹ ਕਿਤੇ ਹੋਰ ਐਡਜਸਟ ਕੀਤੀ ਜਾਵੇ। ਉਹ ਹਜੇ ਗੋਦਾਮ ਬਣਿਆ ਨਹੀਂ, ਉਹ ਐਵੇਂ ਤੰਗ ਪਰੇਸ਼ਾਨ ਕਰੀ ਜਾਂਦੇ, ਜਿਹੜੀ ਅਲਾਟਮੈਂਟ ਕੀਤੀ ਉਹ ਗਲਤ ਕੀਤੀ ਆ, ਉਹਨੂੰ ਰੱਦ ਕੀਤੀ ਜਾਵੇ। ਉੱਥੇ ਹੀ ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਸੁਖਪ੍ਰੀਤ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਰੇ ਖਰੀਦ ਕੇਂਦਰਾਂ ਵਿੱਚ ਖਰੀਦ ਸਹੀ ਢੰਗ ਨਾਲ ਚੱਲ ਰਹੀ ਹੈ। ਉਹਨਾਂ ਕਿਹਾ ਕਿ ਸਾਰੀਆਂ ਖਰੀਦ ਏਜੰਸੀਆਂ ਨਾਲ ਮੀਟਿੰਗ ਕਰਕੇ ਜਿਹੜੇ ਖਰੀਦ ਕੇਂਦਰਾਂ ਵਿੱਚ ਲਿਫਟਿੰਗ ਘੱਟ ਹੋ ਰਹੀ ਹੈ ਉਸ ਨੂੰ ਤੇਜ਼ ਕਰ ਦਿੱਤਾ ਜਾਵੇਗਾ। ਰਾਮਾ ਮੰਡੀ 'ਚ ਲਿਫਟਿੰਗ ਦਾ ਕੰਮ ਜਾਰੀ ਹੈ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ, ਏਜੰਸੀਆਂ ਨਾਲ ਤਾਲਮੇਲ ਬਣਿਆ ਵਾ। ਇੱਕ ਪਿੱਛੇ ਦਿੱਕਤ ਆਈ ਸੀ, ਆ ਰਹੀ ਸੀ, ਉਹਦਾ ਕੀ ਹੱਲ ਕੀਤਾ ਜੀ? ਉਹ ਕੋਈ ਖਾਸ ਨਹੀਂ ਸੀ, ਕੋਈ ਤਰੁੱਟੀਆਂ ਸੀਗੀਆਂ ਉਹਨਾਂ ਦੀਆਂ ਦੂਰ ਹੋ ਗਈਆਂ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।